ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਅਮਿਤ ਆਬੱਤਚਨ ਦੇ ਘਰ ਤੇ ਇਹਨਾਂ ਨੇ ਕੀਤਾ ਹਮਲਾ ਪਰਿਵਾਰ ਇਸ ਕਾਰਨ ਡਰ ਕੇ ਵਿੜਿਆਂ ਅੰਦਰ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਲਿੰਕ ਡਿਸਕ੍ਰਿਪਸ਼ਨ ਚੋਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ हां जी ਇਸ ਜੁਲੇ ਦੀ ਵੱਡੀ ਖਬਰ سامنے ਆਈ ਹੈ ਫਿਲਮੀ ਅਦਾਕਾਰ ਅਮਿਤਾਬ ਬੱਚਨ ਨੇ ਰਿਹਾ ਘਰ ਦੇ ਉੱਪਰ ਇਹਨਾਂ ਵੱਲੋਂ ਹਮਲਾ ਕੀਤਾ ਗਿਆ ਇਸਨ ਪਰਿਵਾਰ ਦਾਇਟ ਦੇ ਅੰਦਰ ਵੜ ਗਿਆ ਜਿਸ ਬਾਰੇ ਤਾਜ਼ਾ ਖਬਰ سامنے ਫਿਲਮੀ ਅਦਾਕਾਰ ਅਮਿਤਾਬ ਬੱਚਨ ਜਿਤੇ ਆਪਣੀ ਫਿਲਮੀ ਦੁਨੀਆ ਨਾਲ ਜੁੜੀਆਂ ਹੋਏ ਹਨ ਬਹੁਤ ਸਾਰੇ ਅਕਸਰ ਹੀ ਆਪਣੇ ਦਰਸ਼ਕਾਂ ਨਾਲ ਸਾਝੇ ਕੀਤੇ ਜਾਂਦੇ ਨੇ ਉੱਥੇ ਹੀ ਉਹਨਾਂ ਵੱਲੋਂ ਆਪਣੇ ਘਰ ਦੇ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵੀ ਲੋਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਕਿ ਜਿੱਤੇ ਉਹਨਾਂ ਦਾ ਪਰਿਵਾਰ ਚੰਮ ਕਿੱਦੜਾ ਤੋਂ ਕਾਫੀ ਪਰੇਸ਼ਾਨ ਹੈ ਕਿਉਂਕਿ ਉਹਨਾਂ ਦੇ ਘਰ ਜਲਸਾ ਦੇ ਵਿਚਾਰ ਵਿੱਚ ਮਗਿੱਦੜਾਂ ਦੇ ਕਾਰਨ ਬਹੁਤ ਸਾਰੇ ਮੁਸ਼ਕਲਾਵਾਂ ਪੇਸ਼ ਆਉਂਦੀਆਂ ਨੇ ਜਿਸ ਤੋਂ ਡਰਦੇ ਉਹਨਾਂ ਦੇ ਪਰਿਵਾਰਕ ਮੈਂਬਰ ਬਾਹਰ ਨਹੀਂ ਨਿਕਲ ਰਹੇ ਇਸ ਸਮਝਾ ਸਰਕਾਰਾ ਪਹੁੰਚ ਲਈ ਉਹਨਾਂ ਵੱਲੋਂ ਲੋਕਾਂ ਤੋਂ ਸਲਾਹ ਵੀ ਮੰਗੀ ਗਈ ਉਹਨਾਂ ਨੂੰ ਜਾਣਕਾਰੀ ਸਾਂਝੀ ਕਰਦੋ ਦੱਸਿਆ ਗਿਆ ਕਿ ਉਹਨਾਂ ਵੱਲੋਂ ਬਹੁਤ ਜ਼ਿਆਦਾ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ ਪਰ ਫਿਰ ਵੀ ਉਹ ਇਸ ਨੂੰ ਰੋਕ ਨਹੀਂ ਲਗਾਈ ਜਾ ਰਹੀ ਜਿਸ ਕਾਰਨ ਉਹਦੇ ਪਰਿਵਾਰਕ ਮੈਂਬਰ ਕਾਫੀ ਡਰੇ ਨੇ ਉਹਨਾਂ ਦੱਸਿਆ ਕਿ ਇਹਨਾਂ ਚ ਗੱਦੜਾਂ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਵੱਲੋਂ ਤੇਲ ਦੇ ਛੜਕਾਅ ਵੀ ਕੀਤਾ ਗਿਆ ਧੂਆਂ ਵੀ ਕੀਤਾ ਗਿਆ ਡਾਕਟਰ ਨੇ ਵੀ ਰਿਪਲੇਟ ਜੰਤਰ ਵੀ ਵਰਤੇਗੇ ਪਰ ਫਿਰ ਵੀ ਇਹਨਾਂ ਨੂੰ ਰਾਤ ਨਹੀਂ ਮਿਲ ਰਹੀ ਹੋ ਤੇ ਉਹਨਾਂ ਵੱਲੋਂ ਇਹ ਗੱਲ ਸੋਸ਼ਲ ਮੀਡੀਆ ਉੱਪਰ ਸਾਂਝੀ ਕਰਦੇ ਹੋ ਸਲਾਮ ਮੰਗੀਏ ਕਿ ਅਗਰ ਕਿਸੇ ਕੋਲ ਇਸ ਗੱਲ ਦਾ ਹੱਲ ਹੈ ਤਾਂ ਦੱਸੋ ਜ਼ਰੂਰ ਤੋ ਇਸ ਬਾਰੇ ਕੀ ਚਾਹਣਾ ਤੁਸੀਂ ਜਰੂਰ ਦੱਸ ਸਕਦੇ ਹੋ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਤੇ ਖਬਰਾਂ